ਅਕਲ ਹੈ? ਗੱਡੀ ਚਲਵਾ ਕੇ ਕਿੱਥੇ ਠੋਕਤੀ ਆ? ਹੈਲੋ ਹੈਲੋ, ਪੁਲਿਸ ਵਾਲੇ ਨੂੰ ਥੱਪੜ ਮਾਰਨਾ ਬਹੁਤ ਵੱਡੀ ਗੱਲ ਹੈ। ਅਕਸਰ ਸੁਰਖੀਆਂ ਦੇ ਵਿੱਚ ਰਹਿਣ ਵਾਲੀ ਪੰਜਾਬ ਪੁਲਿਸ ਇੱਕ ਵਾਰ ਹੁਣ ਫੇਰ ਤੋਂ ਸੁਰਖੀਆਂ ਦੇ ਵਿੱਚ ਆ ਗਈ ਹੈ, ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਤੇ ਇੱਕ ਮਹਿਲਾ ਨੂੰ ਗੱਡੀ ਵਿੱਚ ਬੈਠਿਆ ਸਾਫ਼ ਵੇਖਿਆ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਵੀਡੀਓ ਖਰੜ ਦੀ ਦੱਸੀ ਜਾ ਰਹੀ ਹੈ, ਜਿੱਥੇ ਇੱਕ ਪੁਲਿਸ ਮੁਲਾਜ਼ਮ ਤੇ ਇੱਕ ਮਹਿਲਾ ਵਿਚਾਲੇ ਬਹਿਸਬਾਜ਼ੀ ਹੋ ਗਈ। ਵੀਡੀਓ 'ਚ ਕਾਰ ਵਿੱਚ ਬੈਠਾ ਪੁਲਿਸ ਮੁਲਾਜ਼ਮ ਖਰੜ ਥਾਣੇ ਦਾ ਹੈੱਡ ਕਾਂਸਟੇਬਲ ਦੱਸਿਆ ਜਾ ਰਿਹਾ, ਜੋ ਪੂਰੀ ਤਰ੍ਹਾਂ ਨਸ਼ੇ ਦੇ ਵਿੱਚ ਟੱਲੀ ਹੈ। ਜਾਣਕਾਰੀ ਮੁਤਾਬਕ ਹੈੱਡ ਕਾਂਸਟੇਬਲ ਅਤੇ ਇਹ ਮਹਿਲਾ ਕਿਤੇ ਜਾ ਰਹੇ ਸਨ। ਇਸੇ ਦੌਰਾਨ ਮਹਿਲਾ ਨੇ ਨਸ਼ੇ ਦੇ ਵਿੱਚ ਕਾਰ ਇੱਕ ਘਰ ਦੀ ਕੰਧ ਤੇ ਜਾ ਮਾਰੀ, ਜਿਸ ਤੋਂ ਬਾਅਦ ਲੋਕ ਇਕੱਠੇ ਹੋ ਗਏ ਤੇ ਮੌਕੇ ਦੀ ਵੀਡੀਓ ਬਣਾ ਲਈ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਮਹਿਲਾ ਨੇ ਜਦੋਂ ਲੋਕਾਂ ਦਾ ਇਕੱਠ ਵੇਖਿਆ ਤਾਂ ਉਸਨੇ ਪੁਲਿਸ ਮੁਲਾਜ਼ਮ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਅਕਲ ਹੈ? ਗੱਡੀ ਚਲਵਾ ਕੇ ਕਿੱਥੇ ਠੋਕਤੀ ਆ? ਐਵੇਂ ਨਹੀਂ ਹੋਸ਼ ਆਣੀ ਕਿ ਛੱਡ ਕੇ ਹੋਸ਼ ਆਊ। ਹੈਲੋ ਹੈਲੋ, ਇੱਕ ਪੁਲਿਸ ਵਾਲੇ ਨੂੰ ਥੱਪੜ ਮਾਰਨਾ ਬਹੁਤ ਵੱਡੀ ਗੱਲ ਹੈ। ਅਕਲ ਵੀ ਤਾਂ ਹੀ ਆਉਗੀ ਨਾ, ਇਹਦਾ ਪੁਲਿਸ ਵਾਲਾ ਗਰੁੱਪ ਹੈ ਸਭ ਨੂੰ। ਬਾਜੀ ਬਾਜੀ, ਹੈਲੋ ਪੁਲਿਸ ਵਾਲੇ, ਹਾਂ ਬਸ ਠੀਕ ਹੈ ਠੀਕ ਹੈ, ਭੇਜੋ ਜੈਨੀ ਜੈਨੀ। ਕੀ ਹੈ ਕੀ ਹੈ? ਤੁਹਾਨੂੰ ਬੜੀ ਹੈ? ਇੱਕ ਮਿੰਟ ਕੀ ਇੱਕ ਮਿੰਟ ਮੈਂ ਤਾਂ ਮਰਵਾ ਰਹੀ ਹਾਂ ਨਾ, ਕਿਉਂਕਿ ਮੈਂ ਇਹਨਾਂ ਦੀ ਗੱਡੀ ਚਲਵਾ ਲਈ। ਅੱਛਾ, ਇਹਨਾਂ ਦੇ ਕਹਿਣ ਤੋਂ ਮਾਰ ਲੋ। ਕਿਉਂ ਮਾਰੀਏ ਅਸੀਂ? ਹਾਂ ਅਸੀਂ ਕਿਉਂ ਮਾਰੀਏ? ਹਾਂ ਮਾਰੋ, ਅਸੀਂ ਕਿਉਂ ਮਾਰੀਏ? ਮੈਂ ਇਹਨਾਂ ਦੇ ਕਹਿਣ ਤੋਂ ਇਹਨਾਂ ਦੀ ਗੱਡੀ ਚਲਾਈ ਆ। ਅਸੀਂ ਕਿਉਂ ਮਾਰੀਏ ਫਿਰ? ਹਾਂ ਫਿਰ, ਹਾਂ ਜਿਹਦੇ ਕਹਿਣ ਤੇ ਮਾਰੀ ਉਹਦੇ ਮਾਰਨਾ, ਜਿਹਦੇ ਕਹਿਣ ਤੇ ਮਾਰੀ ਉਹਦੇ ਮਾਰ। ਤੁਹਾਨੂੰ ਦੱਸ ਦਈਏ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਨਸ਼ੇ ਨੂੰ ਖਤਮ ਕਰਨ ਦੇ ਲਈ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਉਹਨਾਂ ਦੇ ਹੀ ਮੁਲਾਜ਼ਮ ਨਸ਼ੇ ਦੇ ਵਿੱਚ ਧੁੱਤ ਰਹਿੰਦੇ ਨੇ, ਜਿਸ ਤੋਂ ਪੰਜਾਬ ਸਰਕਾਰ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਨੇ।